ਸਸ਼ੀ ਗਾਲ ਜੀ ਸਵਾਗਤ ਹੈ ਤੁਹਾਡਾ ਇਸ ਵੀਡੀਓ ਦੇ ਵਿੱਚ ਸੋ ਇਹ ਜਿਹੜੀ ਸ਼ਾਰਟ ਫਾਇੰਟੀ ਭਰਤੀ ਫੁਰੀ ਕਰਵਾਉਣ ਨੂੰ ਲੈ ਕੇ ਸੰਘਰਸ਼ ਹੋਣਾ ਜਾ ਰਿਹਾ ਜੀ ਸੋ ਕਿ ਜੋ ਹੈ ਕਿ ਕੱਲ ਕਿਹਾ ਗਿਆ ਸੀਗਾ ਕੋਈ ਸਾਥੀਆਂ ਵੱਲੋਂ ਸ਼ਾਰਟ ਫਾਇੰਟੀ ਦੇ ਧੜੇ ਵੱਲੋਂ ਕਿ ਅਸੀਂ ਜਿਹੜਾ ਆ ਵਿਭਾਗ ਦੇ ਦਫਤਰ ਦੇ ਫਾਰ ਜਿਹੜਾ ਜਾ ਕੇ ਧਰਨਾ ਲਾਵਾਂਗੇ ਤੇ ਜਿਹੜੀ ਆਪਣੀ ਫਰਤੀ ਦੀਆਂ ਰਹਿੰਦੀਆਂ ਲਿਸਟਾਂ ਨੇ ਜੀ ਉਹ ਕਰਾਉਣ ਤੋਂ ਲੈ ਕੇ ਜਿਹੜਾ ਧਰਨਾ ਉਹ ਤੁਸੀਂ ਫੋਟੋ ਅਜੇ ਦੇਖ ਸਕਦੇ ਹੋ ਸ਼ੁਰੂ ਹੋ ਗਿਆ ਜੀ ਬੈਨਰ ਦੇਖ ਸਕਦੇ ਹੋ ਜੀ ਜਿਹੜੀ ਸ਼ਾਰਟ ਫਾਇੰਟੀ ਸਿਲੇਕਟਡ ਉਮੀਦਵਾਰ ਏ ਜਿਹੜੀ ਸ਼ਾਰਟ 35 ਦੀਆਂ ਬਾਕੀ ਰਹਿੰਦੀਆਂ ਲਿਸਟਾਂ ਜਿਹੜੀਆਂ ਨੇ ਜਾਰੀ ਕਰਕੇ ਫਰਤੀ ਫੁਰੀ ਕਰੇ ਤੇ ਵਿਫਾਗਦੇ ਸੀ ਨਾ ਨੇ ਇਸ ਬੈਨਰ ਦੇ ਤਲੇ ਜਿਹੜਾ ਇਹ ਤਰਨਾ ਹੁਣ ਜਿਹੜਾ ਜਾਰੀ ਹੈਗਾ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਜਿਹੜੇ ਸ਼ਾਰਟ 35 ਦੀਆਂ ਹਜੇ ਕਾਫੀ ਸੀਟਾਂ ਨੇ ਜਿਹੜੀਆਂ ਹਜੇ ਭਰੀਆਂ ਜਾਣੀਆਂ ਨੇ ਜੀ ਕਾਫੀ ਸਾਥੀਆਂ ਜੋਇਨਿੰਗ ਹੋ ਗਈ ਚੁੱਕੀ ਹੈ ਤੇ ਉਹ ਲਿਸਟਾਂ ਜਿਹੜੀਆਂ ਨੇ ਨਹੀਂ ਆ ਰਹੀਆਂ ਤੇ ਉਹਦੇ ਬਾਰੇ ਜਿਹੜਾ ਵਿਭਾਗ ਦਾ ਵੀ ਇੱਕ ਬਿਆਨ ਜਿਹੜਾ ਫੈਲਾਉਂਦਾ ਰਿਹਾ ਕਿ ਜਿਹੜਾ ਪ੍ਰੋਸੈਸ ਆਪਣਾ ਚੱਲਦਾ ਫਿਆ ਤੇ ਲਿਸਟਾਂ ਜਿਹੜੀਆਂ ਨੇ ਜਲਦੀ ਆਉਣਗੀਆਂ ਜੀ ਤੇ ਕਾਫੀ ਸਮਾਂ ਬੀਤ ਚੁੱਕਿਆ ਜੀ ਤੇ ਸੰਘਰਸ਼ ਵੀ ਆਪਣਾ جاری ਹੈ ਸੋ ਧੜੇਬੰਦੀ ਹੋ ਚੁੱਕੀ ਹੈ ਜੀ ਤੇ ਉਹਨਾਂ ਚ ਜਿਹੜਾ ਇੱਕ ਧੜਾ ਆਪਣਾ ਇਹ ਜਿਹੜਾ ਆਪਣਾ ਵਿਭਾਗ ਦੇ ਦਫ਼ਤਰ ਦੇ ਬਾਹਰ ਜਿਹੜਾ ਧਰਨਾ ਲਾਇਆ ਇਹ ਸਾਥੀਆਂ ਨੇ ਸੋ ਮੰਗੇ ਇਹ ਹੈ ਕਿ ਜਦ ਇਹ ਵਿਭਾਗ ਲਿਸਟਾਂ ਜਾਰੀ ਕਰੇ ਤਾਂ ਜੋ ਜਿਹੜੇ ਸਾਥੀ ਨੇ ਉਹਨਾਂ ਦਾ ਉਹ ਇੱਕ ਬਣੇ ਤੇ ਉਹਨਾਂ ਦੀ ਜਿਹੜੀ ਜੋਇਨਿੰਗ ਹੈ ਜਦੋਂ ਸਕੂਲਾਂ ਦੇ ਵਿੱਚ ਹੋ ਸਕੇ ਜੀ ਸੋ ਇਹ ਤਰਨਸ ਸ਼ੁਰੂ ਹੋ ਚੁੱਕਿਆ ਹੈ ਤੇ ਬਾਕੀ ਦੇਖਦੇ ਹਾਂ ਜੀ ਕੀ ਹੁੰਦਾ ਹੈ ਵਿਭਾਗ ਦਾ ਕੀ ਰਿਐਕਸ਼ਨ ਹੁੰਦਾ ਹੈ ਤੇ ਇਹ ਅਪਡੇਟ ਤੁਹਾਨੂੰ ਸਾਂਝਾ ਕਰਦੇ ਸੀ ਇਸ ਤਰ੍ਹਾਂ ਹੋਰ ਬ੍ਰੇਸ ਲਈ ਜੁੜੇ ਰਹੋ ਚੈਨਲ ਨਾਲ ਜੀ ਥੈਂਕ ਯੂ ਵੀਡੀਓ ਦੇਖਣ ਲਈ